ਸਤਿ ਸ਼੍ਰੀ ਅਕਾਲ ਜੀ। ਕਈ ਦਿਨਾਂ ਬਾਅਦ ਅੱਜ ਸਮਾਂ ਮਿਲਿਆ ਕਿ ਜਿਹੜੇ ਚੋਣਾਂ ਦੇ ਨਤੀਜੇ ਨਿਕਲਣੇ ਨੇ, ਰਿਜ਼ਲਟਸ ਨਿਕਲੇ ਨੇ, ਉਹਨਾਂ ਦੇ ਆਂਕੜਿਆਂ ਨੂੰ ਦੇਖਿਆ ਜਾਏ ਤਾਂ ਸਟੱਡੀ ਕੀਤਾ ਜਾਏ। ਜਿੱਥੇ ਗੁਰੂ ਸਾਹਿਬ ਦਾ ਕੋਟਾਨਕੋਟ ਸ਼ੁਕਰਾਨਾ, ਜਿੱਥੇ ਗੁਰੂ ਨੇ ਇੰਨੀ ਲਾਜ ਰੱਖੀ ਹੈ, ਉੱਥੇ ਮੈਂ ਤੇ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਉਹਨਾਂ ਸਾਰੇ ਆਪਣੇ ਵਰਕਰਾਂ ਦਾ, ਪੰਜਾਬ ਭਰ ਦਾ, ਸਿਰਫ ਬਠਿੰਡੇ ਫਿਰੋਜ਼ਪੁਰ ਦਾ ਨਹੀਂ, ਲੇਕਿਨ ਸਾਰੇ ਪੰਜਾਬ ਦੇ ਵਰਕਰਾਂ ਨਾਲ, ਜਿਨ੍ਹਾਂ ਨੇ ਜੀ ਤੋੜ ਮਿਹਨਤ ਕੀਤੀ ਆਪਣੀ ਪਾਰਟੀ ਵਾਸਤੇ। ਅੱਜ ਉਹ ਦਿਨ ਹੈ ਜਿੱਥੇ ਸਾਨੂੰ ਇਸ ਕਾਂਗਰਸ ਪਾਰਟੀ ਦੇ ਜ਼ੋਰ ਦਾ, ਜ਼ਬਰ ਦਾ, ਪਰਚੇ ਦਾ, ਧੱਕੇ ਦਾ, ਡਰਾਉਣ ਦਾ, ਹਰ ਤਰ੍ਹਾਂ ਦਾ ਤਸ਼ੱਦਦ ਇਹਨਾਂ ਨੇ ਇਸਤੇਮਾਲ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ। ਅਤੇ ਭੰਡੀ ਪ੍ਰਚਾਰ ਤਾਂ ਇਹਨਾਂ ਦਾ ਮੁੱਖ ਸਿਰਫ ਭੰਡੀ ਪ੍ਰਚਾਰ ਸੀਗਾ, ਹੋਰ ਤਾਂ ਕੁਛ ਸੀਗਾ ਹੀ ਨਹੀਂ। ਲੇਕਿਨ ਇਹਨਾਂ ਸਾਰੀ ਚੀਜ਼ਾਂ ਦੇ ਬਾਵਜੂਦ ਜੇ ਤੁਸੀਂ ਆਂਕੜਿਆਂ ਨੂੰ ਦੇਖੋ ਤਾਂ ਮੈਨੂੰ ਲੱਗਦਾ ਹੈ ਤੁਹਾਨੂੰ ਵੀ ਇੰਨੀ ਖੁਸ਼ੀ ਹੋਊਗੀ ਕਿ ਉਹ ਦਿਨ ਦੂਰ ਨਹੀਂ, ਤੁਹਾਡੀ ਸਰਕਾਰ ਬਸ ਆ ਗਈ। ਇਹ ਮੈਂ ਕਿਵੇਂ ਕਹਿੰਦੀ ਹਾਂ, ਜਿਹੜਾ ਮੈਂ ਚਾਹੁੰਦੀ ਹਾਂ ਤੁਸੀਂ ਜਾ ਕੇ ਬਾਕੀਆਂ ਨੂੰ ਵੀ ਤੁਸੀਂ ਦੱਸੋ। ਜਦ ਅਸੀਂ 2017 'ਚ ਅਸੀਂ ਲੜੇ ਸੀਗੇ ਅਤੇ ਕਾਂਗਰਸ ਅਤੇ ਸਾਡੇ, ਜੇ ਅਸੀਂ ਦੇਖੀਏ ਵੋਟਾਂ ਦਾ ਕੀ ਫਰਕ ਸੀਗਾ ਅਤੇ ਕਿੰਨੀ ਪਰਸੈਂਟੇਜ ਵੋਟ ਸਾਨੂੰ ਪਈ ਸੀ ਅਤੇ ਕਿੰਨੀ ਕਾਂਗਰਸ ਨੂੰ ਪਈ ਸੀ। ਸੋ 2017 'ਤੇ ਜੇ ਆਂਕੜੇ ਆਪਾਂ ਦੇਖੀਏ ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ 30% ਵੋਟਾਂ ਪਈਆਂ ਸੀ ਅਤੇ ਇਹਨਾਂ ਨੂੰ 38% ਵੋਟਾਂ ਪਈਆਂ ਸੀ, ਮਤਲਬ 8% ਦਾ ਫਰਕ ਸੀਗਾ। ਅਤੇ ਨੰਬਰ ਆਫ ਵੋਟਸ ਜੇ ਗਿਣੀਏ ਸਾਨੂੰ 47 ਲੱਖ ਵੋਟ ਪਈਆਂ ਸੀਗੀਆਂ ਅਤੇ ਕਾਂਗਰਸ ਨੂੰ 59, ਮਤਲਬ 12 ਲੱਖ ਦਾ ਅੰਤਰ ਸੀਗਾ। ਇਹ ਇਕੱਲੇ 2 ਸਾਲ ਦੀ ਗੱਲ ਹੈ। ਇਹਨਾਂ 2 ਸਾਲਾਂ 'ਚ ਜਿਸ ਤਰ੍ਹਾਂ ਦੀ ਮਿਹਨਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ, 2 ਸਾਲ ਦੇ ਅੰਦਰ ਅੰਦਰ 2019 ਦੀ ਜਿਹੜੀ ਹੈਗੀਆਂ ਸਾਨੂੰ 47 ਲੱਖ 17 'ਚ ਸੀਗੀਆਂ ਵੋਟਾਂ ਪਈਆਂ, ਅੱਜ 51 ਲੱਖ, ਮਤਲਬ 4 ਲੱਖ ਦਾ ਅਸੀਂ ਵੋਟ ਇਨਕਰੀਜ਼ ਹੋਈ ਹੈ ਪੰਜਾਬ ਭਰ 'ਚ। ਅਤੇ ਕਾਂਗਰਸ ਜਿਹਨਾਂ ਨੂੰ 55 ਲੱਖ ਪਈਆਂ ਸੀਗੀਆਂ, 59 ਲੱਖ ਪਈਆਂ ਸੀਗੀਆਂ, ਉਹਨਾਂ ਨੂੰ 55, 4 ਲੱਖ ਉਹਨਾਂ ਦੀ ਘੱਟ ਗਈ, 4 ਲੱਖ ਸਾਡੀ ਵੱਧ ਗਈ। 17 'ਚ 12 ਲੱਖ ਦਾ ਫਰਕ ਸੀਗਾ, ਅੱਜ ਸਾਨੂੰ 51 ਲੱਖ ਪਈਆਂ ਨੇ, ਇਹਨਾਂ ਨੂੰ 55, ਇਕੱਲੇ 4 ਲੱਖ ਦਾ ਫਰਕ ਰਹਿ ਗਿਆ। 2 ਸਾਲ 'ਚ ਤੁਸੀਂ 12 ਤੋਂ 4 ਤਾਂ ਹੀ ਲੈ ਆਇਓ, ਮੈਨੂੰ ਲੱਗਦਾ ਆਹ 4 ਲੱਖ ਦਾ ਫਰਕ ਸਾਲ ਭਰ 'ਚ ਤੁਸੀਂ ਮੁਕਾ ਕੇ ਪਾਸੇ ਸਿੱਟਣਾ ਹੈ। ਅਤੇ ਪਰਸੈਂਟੇਜ 'ਚ ਜੇ ਦੇਖੀਏ, ਕੋਈ ਕਹਿੰਦਾ ਨਾ ਕਿ ਵੋਟ ਚਲੋ ਇੱਥੇ ਪੈ ਗਈ ਉੱਥੇ ਨਹੀਂ ਗਈ, ਪਰਸੈਂਟੇਜ ਤੋਂ ਆਲ ਓਵਰ ਹੁੰਦੀ ਹੈ। ਸਾਨੂੰ 30% ਪਈ ਸੀ 17 'ਚ, ਅੱਜ ਸਾਨੂੰ 37% ਪਈ ਹੈ 19 'ਚ। ਇਹਨਾਂ ਨੂੰ ਜਿਹੜੀ 38% ਪਈ ਸੀ 17 'ਚ, ਇਹਨਾਂ ਨੂੰ 40%, 38 ਤੋਂ 40, ਮਸਾਂ 2% ਦਾ ਇਹਨਾਂ ਦਾ ਵਾਧਾ ਹੋਇਆ ਹੈ ਅਤੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ 7% ਦਾ ਵੋਟ ਪਰਸੈਂਟੇਜ ਦਾ ਵਾਧਾ ਹੋਇਆ। ਅਤੇ ਜਿਹੜੀ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ 36 ਲੱਖ ਵੋਟਾਂ ਪਈਆਂ ਸੀ 17 'ਚ, ਉਹਨਾਂ ਨੂੰ ਇਕੱਲੇ 10 ਲੱਖ 2019 'ਚ, 23% ਸੀਗੀਆਂ, ਅੱਜ ਕੇਵਲ 7% ਦੇ ਸੁੱਕੜ ਕੇ ਰਹਿ ਗਈਆਂ। ਕਹਿਣ ਦਾ ਭਾਵ ਕਿ ਜੇ ਆਪਾਂ ਦੇਖੀਏ ਕਿ ਵਿਧਾਨ ਸਭਾ ਸੀਟਾਂ ਵਿੱਚ ਇਹੋ ਜੀ 35 ਸੀਟਾਂ ਹੈਗੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ 2019 'ਚ ਲੀਡ ਲੈ ਕੇ ਆਇਆ, ਅਤੇ 16 ਇਹੋ ਜੀ ਵਿਧਾਨ ਸਭਾ ਸੀਟਾਂ ਹੈਗੀਆਂ ਜਿੱਥੇ 5000 ਤੋਂ ਥੱਲੇ ਥੱਲੇ, ਕਿਤੇ 500 ਤੋਂ ਅੱਗੇ ਨੇ, ਕਿਤੇ 1000 ਤੋਂ, 5000 ਤੋਂ ਥੱਲੇ ਥੱਲੇ 16 ਸੀਟਾਂ ਹੈਗੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਤਾਂ ਕਾਂਗਰਸ ਦਾ ਫਰਕ ਸਿਰਫ 1000 ਦੇ ਥੱਲੇ ਥੱਲੇ ਹੈਗਾ, 500 ਅਤੇ 1000 ਦੇ ਵਿੱਚ, ਅਤੇ ਤਕਰੀਬਨ 21 ਸੀਟਾਂ ਇਹੋ ਜਿਹੀਆਂ ਹੈਗੀਆਂ ਜਿਹੜਾ 10000 ਤੋਂ ਥੱਲੇ ਥੱਲੇ ਹੈਗਾ। ਸੋ ਤੁਸੀਂ ਦੇਖੋ ਜੇ ਆਪਾਂ ਇਹਨਾਂ ਸਾਰਿਆਂ ਨੂੰ 35 ਸੀਟਾਂ 'ਚ ਆਪਾਂ ਅੱਗੇ ਹੈਗੇ, 16 ਸੀਟਾਂ 'ਚ 5000 ਤੋਂ ਥੱਲੇ ਸਾਡੀ ਡਿਫਰੈਂਸ, ਇਹਨਾਂ ਨੂੰ ਜੋੜ ਲਈਏ ਅਤੇ ਇਹ 50 ਸੀਟਾਂ ਤੋਂ 51 ਸੀਟਾਂ ਤੋਂ ਵੱਧ ਆਪਾਂ ਲੜਾਈ 'ਚ ਪੂਰੇ ਆ ਗਏ। ਅਤੇ ਜਿਹੜੀ ਦੂਜੀ ਹੈਗੀ ਆ ਜਿੱਥੇ 10000 ਤੋਂ ਥੱਲੇ, ਜਿੱਥੇ ਕਿਤੇ 6000, ਕਿਤੇ 7000 ਦਾ ਇਕੱਲਾ ਕਾਂਗਰਸ ਦੇ ਨਾਲ ਫਰਕ ਰਹਿ ਗਿਆ, ਇਹਨਾਂ ਸਾਰਿਆਂ ਨੂੰ ਜੋੜਾਂਗੇ ਅਤੇ 70 ਤੋਂ ਵੀ ਉੱਪਰ ਅਸੀਂ ਆ ਗਏ। ਸੋ ਮੇਰੇ ਕਹਿਣ ਦਾ ਭਾਅ ਕਿ ਗੁਰੂ ਸਾਹਿਬ ਨੇ ਦੇਖੋ ਕਿੰਨੀ ਰਹਿਮਤ ਕੀਤੀ ਕਿ ਜਿਹੜੀ ਦਿਲੋਂ ਆ ਨਿਕਲਦੀ ਹੈ ਸੁਖਬੀਰ ਜੀ ਦੀ, ਮੇਰੀ, ਬਾਦਲ ਸਾਹਿਬ ਦੀ, ਅਤੇ ਤੁਹਾਡੇ ਸਾਰਿਆਂ ਦੀ, ਆਪਣੇ ਸਾਰੇ ਵਰਕਰਾਂ ਦੀ, ਕਿ ਜਿਵੇਂ ਇਹਨਾਂ ਨੇ ਸਾਡੇ ਖਿਲਾਫ਼ ਭੰਡੀ ਪ੍ਰਚਾਰ ਕਰ ਕਰਕੇ, ਝੂਠ ਦਾ, ਬਿਲਕੁਲ ਸਿਰੇ ਦਾ ਝੂਠ ਪ੍ਰਚਾਰ ਕਰਕੇ ਕਿ ਗੁਰੂ ਸਾਹਿਬ ਦੇ ਉੱਤੇ ਹਮਲੇ, ਅਸੀਂ ਇਹਦਾ ਸਾਰਾ ਇਹਨਾਂ ਦੀ ਪੂਰੀ ਸਿਆਸਤ ਕੈਂਪੇਨ ਹੀ ਉਹਦੇ ਉੱਤੇ ਟਿਕੀ ਹੋਈ ਸੀ ਕਿ ਬਾਦਲਾਂ ਨੇ ਕਰਵਾਇਆ, ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਸਾਹਿਬ 'ਤੇ ਐਂ ਕਰਾਇਆ, ਉਹ ਕਰਾਇਆ। ਅਤੇ ਦਿਲੋਂ ਅਰਦਾਸ ਕੀਤੀ ਮਾਲਿਕ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦਾ ਕੱਖ ਨਾ ਰਹੇ, ਅਤੇ ਜਿਹੜਾ ਇਹਨਾਂ ਦੇ ਉੱਤੇ ਸਿਆਸਤ ਕਰ ਰਹੇ ਨੇ ਉਹਨਾਂ ਦਾ ਵੀ ਗੁਰੂ ਸਾਹਿਬ ਤੁਸੀਂ ਕੱਖ ਨਾ ਰਹਿਣ ਦਿਓ। ਅਤੇ ਕਹਿੰਦੇ ਨੇ ਕਿ ਜਦ ਦਿਲ ਤੋਂ ਗੁਰੂ ਦਾ ਸਿੱਖ ਅਰਦਾਸ ਕਰਦਾ ਨਾ ਤਾਂ ਗੁਰੂ ਦੇ ਦਰ 'ਚ ਬਹੁਤ ਹੀ ਜਲਦੀ ਸੁਣੀ ਜਾਂਦੀ ਹੈ। ਅੱਜ ਦੇਖੋ ਇਹਨਾਂ ਦਾ ਹਾਲ ਕੀ ਹੈ, ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਦੇਸ਼ ਦਾ ਰਾਹੁਲ ਗਾਂਧੀ, ਜਿਹੜਾ
ਗੁਰੂ ਸਾਹਿਬ ਦੇ ਹਮਲੇ ਦੇ ਉੱਤੇ ਸਿਆਸਤ ਕਰਨ ਵਾਸਤੇ ਬਰਗਾੜੀ ਪਹੁੰਚਿਆ ਸੀਗਾ, ਤੇ ਜਿਨ੍ਹਾਂ ਨੇ ਇੰਨੇ ਸਾਲਾਂ ਤੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੀਤੇ ਹੋਏ ਹਮਲੇ, ਅਕਾਲ ਤਖ਼ਤ ਸਾਹਿਬ 'ਚ ਵਿਰਾਜਮਾਨ ਗੁਰੂ ਸਾਹਿਬ ਦੇ ਉੱਤੇ ਕੀਤੀ ਹੋਈਆਂ ਬੇਅਦਬੀਆਂ, ਬੇਕਸੂਰ ਜਿਹੜੇ ਉੱਥੇ ਮਰੇ, ਉਹਦੇ ਬਾਰੇ ਤਾਂ ਕੋਈ ਇਨਸਾਫ ਦੀ ਗੱਲ ਨਹੀਂ ਕੀਤੀ। ਲੇਕਿਨ ਬਰਗਾੜੀ 'ਚ ਪਹੁੰਚ ਕੇ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੀ ਜਲ ਗੱਲ ਕੀਤੀ, ਅਤੇ ਗੁਰੂ ਸਾਹਿਬ ਨੇ ਉਹਦੇ ਨਾਲ ਇਨਸਾਫ ਕੀਤਾ। 40 ਸਾਲ ਬਾਅਦ ਪ੍ਰਧਾਨ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਹਾਰਿਆ ਆਪਣੀ ਸੀਟ 'ਤੇ। ਪ੍ਰਧਾਨ ਪੰਜਾਬ ਕਾਂਗਰਸ ਦਾ ਹਾਰਿਆ, ਜਿਹੜਾ ਸਭ ਤੋਂ ਜ਼ਿਆਦਾ ਗੰਦ ਬੋਲਦਾ ਸੀਗਾ। ਕਾਂਗਰਸ ਪਾਰਟੀ ਦਾ ਦੇਸ਼ ਵਿੱਚ ਜਿੱਥੇ 111 ਇਹੋ ਜਿਹੇ ਕੈਂਡੀਡੇਟ ਜਿਨ੍ਹਾਂ ਦੀ ਜਮਾਨਤਾਂ ਕਾਂਗਰਸੀਆਂ ਦੀ ਜ਼ਬਤ ਹੋਈਆਂ, 22-23 ਇਹੋ ਜਿਹੇ ਸੂਬੇ ਜਿੱਥੇ ਕਾਂਗਰਸ ਦਾ ਇੱਕ ਬੰਦਾ ਤਾਂ ਹੀ ਨਹੀਂ ਜਿੱਤਿਆ, ਇਸ ਤੋਂ ਹੋਰ ਵੱਡੀ ਚਪੇੜ ਕੀ ਹੋ ਸਕਦੀ ਹੈ ਕਾਂਗਰਸ ਵਾਸਤੇ। ਅਤੇ ਜੇ ਪੰਜਾਬ ਦੀ ਗੱਲ ਕਰੀਏ, ਇਹ ਤਾਂ ਦੇਖੋ ਤੁਸੀਂ, ਵੋਟਾਂ ਜਦ ਸ਼ੁਰੂ ਹੋਈਆਂ ਸੀ ਤਾਂ ਕਿੱਥੇ ਚੜੇ ਹੋਏ ਸੀ, ਮਿਸ਼ਨ 13 ਵਿੱਚੋਂ 13। ਅੱਜ ਮਨਪ੍ਰੀਤ ਕਹਿੰਦਾ ਮੇਰੀ ਮੌਤ ਜੇ ਮੈਂ ਹਾਰਾਂ। ਹਾਰਿਆ ਕੀ? 4000 ਜਿੱਥੇ 20000 ਤੋਂ ਜਿੱਤਿਆ ਸੀ, 4000 ਤੋਂ ਹਾਰਿਆ। ਸਿੱਧੂ ਕਹਿੰਦਾ ਸੀ ਜੇ ਅਮੇਠੀ ਹਾਰ ਗਏ ਤਾਂ ਮੈਂ ਸਿਆਸਤ ਛੱਡ ਦਾਂਗਾ। ਅੱਜ ਅਮੇਠੀ ਵੀ ਹਾਰ ਗਏ। ਕੈਪਟਨ ਸਾਹਿਬ ਮਿਸ਼ਨ 13 ਕਹਿੰਦੇ ਸੀਗੇ, ਅੱਜ ਮਿਸ਼ਨ 13 ਕੀ? 8 'ਚ ਸੁੱਕੜ ਕੇ ਰਹਿ ਗਏ, ਅਤੇ ਇਹੋ ਜਿਹੀ ਲੜਾਈ ਫੋਟੋ ਇਹਨਾਂ 'ਚ ਪੈ ਗਈ ਕਿ ਹੁਣ ਇਹ ਨਹੀਂ ਪਤਾ ਕਿ ਕੈਪਟਨ ਸਿੱਧੂ ਨੂੰ ਕੱਢੂਗਾ ਕਿ ਸਿੱਧੂ ਕੈਪਟਨ ਨੂੰ ਗਿਰਾਊਗਾ, ਕੌਣ ਕਿਹਨੂੰ ਗਿਰਾਉਂਦਾ ਹੈਗਾ, ਇਹ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਸਮੇਂ 'ਚ। ਅਤੇ ਜੇ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਨਾਲ ਤਾਂ ਜਿਹੜਾ ਰੱਬ ਨੇ ਕੀਤਾ ਸੁੱਖ ਕੀਤਾ, ਖੇਰੂ ਤਾਂ ਪਹਿਲਾਂ ਹੀ ਹੋ ਗਿਆ ਸੀਗਾ, ਹੁਣ ਤਾਂ ਚੰਗੀ ਤਰ੍ਹਾਂ ਇਹਨਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਅਤੇ ਸਾਡੇ ਖਿਲਾਫ਼ ਵੀ ਸਾਡੇ ਛੋਟੇ ਰਾਜਾ ਸਾਹਿਬ, ਜਿਨ੍ਹਾਂ ਨੇ ਭੰਡੀ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡੀ, ਇੱਥੇ ਬਠਿੰਡੇ ਤੋਂ ਤਾਂ ਉਹਨਾਂ ਨੂੰ ਮੋਦੀ ਜਿਹੜੀ ਖਾਣੀ ਪਈ, ਗਿੱਦੜਬਾਹ ਤਾਂ ਹੀ ਨਹੀਂ ਬਚਾ ਸਕੇ, ਮੈਨੂੰ ਲੱਗਦਾ ਇਹਨਾਂ ਨੂੰ MLA ਦੀ ਟਿਕਟ ਵੀ ਨਹੀਂ ਮਿਲਦੀ। ਸੋ ਹਰ ਪੱਖੋਂ ਮੈਂ ਕਹਿ ਸਕਦੀ ਹਾਂ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਾਡਾ ਤਾਂ ਇੱਕੋ ਹੀ ਠਿਕਾਣਾ ਹੈ, ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ, ਨਾਨਕ ਪ੍ਰਭ ਸਰਨਾਈ ਮੁੱਖ ਨਿੰਦਕ ਕੇ ਛਾਈ। ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ, ਅੱਜ ਜਿਸ ਪਰਿਵਾਰ ਦੇ ਖਿਲਾਫ਼ ਭੰਡੀ ਪ੍ਰਚਾਰ, ਜਿਸ ਪਾਰਟੀ ਦੇ ਖਿਲਾਫ਼ ਭੰਡੀ ਪ੍ਰਚਾਰ, ਅੱਜ ਸਾਰੀ ਪਾਰਟੀਆਂ ਦਾ ਕੱਖ ਨਹੀਂ ਰਿਹਾ, ਅਤੇ ਇਹ ਸਾਰੀ ਚੀਜ਼ਾਂ 'ਚੋਂ ਜੇ ਉੱਭਰ ਕੇ ਆਈ ਹੈ, ਜਿਨ੍ਹਾਂ ਦੀ ਚੋਲੀ ਵਿੱਚ ਗੁਰੂ ਸਾਹਿਬ ਨੇ ਸਾਰੀ ਖੈਰ ਪਾਈ ਹੈ, ਉਹ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਬਾਦਲ ਪਰਿਵਾਰ। ਗੁਰੂ ਸਾਹਿਬ ਦਾ ਪਠਾਨਕੋਟ ਧੰਨਵਾਦ, ਤਹਿ ਦਿਲੋਂ ਧੰਨਵਾਦ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਇਹ ਲੜਾਈ ਲੜੀ, ਅਤੇ ਤਹਿ ਦਿਲੋਂ ਧੰਨਵਾਦ ਸਾਰੇ ਵੋਟਰਾਂ ਦਾ, ਕਿਉਂਕਿ ਕਹਿੰਦੇ ਨੇ ਸਭ ਤੋਂ ਵੱਡੀ ਰੱਬ ਦੀ ਕਚਹਿਰੀ ਹੁੰਦੀ ਹੈ, ਲੇਕਿਨ ਵੋਟਾਂ ਦੇ ਸਮੇਂ ਰੱਬ ਦਾ ਰੂਪ ਇਹ ਸੰਗਤ ਹੁੰਦੀ ਹੈ। ਅੱਜ ਲੋਕਾਂ ਦੀ ਕਚਹਿਰੀ ਵਿੱਚ ਇੰਨੀ ਵੱਡੀ ਕਾਮਯਾਬੀ ਮਿਲਣੀ ਕਿ 2 ਸਾਲਾਂ ਦੇ ਅੰਦਰ ਵੋਟ ਪਰਸੈਂਟੇਜ ਵੀ 7% ਵੱਧ ਜਾਏ, 4 ਲੱਖ ਵੋਟਾਂ ਵੀ ਵੱਧ ਜਾਣ, ਕਾਂਗਰਸ ਦੀ ਘੱਟ ਜਾਏ, ਆਮ ਆਦਮੀ ਦਾ ਸਫਾਇਆ ਹੋ ਜਾਏ, ਅਤੇ ਸਾਰੇ ਬੇਅਦਬੀਆਂ ਦੇ ਖਿਲਾਫ਼ ਕਰਨ ਵਾਲਿਆਂ ਦਾ ਆਪਦੇ ਹਲਕਿਆਂ 'ਚੋਂ ਦੇਖ ਲਓ ਉਹਨਾਂ ਦਾ ਕੀ ਹੋਇਆ, ਇਹ ਇਨਸਾਫ਼ ਰੱਬ ਦੇ ਘਰ 'ਚ ਹੀ ਹੋ ਸਕਦਾ। ਅਤੇ ਰੱਬ ਨੇ ਸੰਗਤ ਦਾ ਰੂਪ ਲੈ ਕੇ ਇੱਕ ਸੁਨੇਹਾ ਉਹਨਾਂ ਨੂੰ ਦਿੱਤਾ ਹੈ, ਜਿਹੜੇ ਗੁਰੂ ਸਾਹਿਬ ਦੇ ਕੀਤੇ ਹੋਏ ਹਮਲਿਆਂ ਦਾ ਕੋਈ ਦਰਦ ਨਹੀਂ, ਲੇਕਿਨ ਜਿਹੜਾ ਉਹਨਾਂ ਦੇ ਉੱਤੇ ਸਿਆਸਤ ਖੇਡਦੇ ਨੇ, ਹੁਣ ਵੀ ਸੁਧਰ ਜਾਣ, ਨਹੀਂ ਤਾਂ ਉਹ ਦਿਨ ਦੂਰ ਨਹੀਂ। ਤੁਹਾਡੀ ਸਰਕਾਰ ਜੇ 2 ਸਾਲਾਂ 'ਚ ਇੰਨਾ ਕੁਛ ਤੁਹਾਡੀ ਪਾਰਟੀ ਕਰ ਸਕਦੀ ਹੈ, ਸਾਡੇ ਵਰਕਰ ਕਰ ਸਕਦੇ ਹੈ। ਸੋ ਮੇਰੇ ਵਰਕਰ ਸਾਹਿਬਾਂ ਨੂੰ ਮੇਰਾ ਕਹਿਣ ਦਾ ਮਤਲਬ ਸੀ ਕਿ ਹੌਸਲੇ 'ਚ ਰਹੋ, ਕੋਈ ਤੁਹਾਨੂੰ ਕਹੇ 2 ਸੀਟਾਂ, ਆਂਕੜੇ ਦੇਖੋ, 2 ਸੀਟਾਂ 'ਤੇ ਰਹਿ ਗਿਆ, ਰੱਬ ਨੇ ਕੁਛ ਦਿਖਾਉਣਾ ਸੀ ਇਹਨਾਂ ਨੂੰ, ਲੇਕਿਨ ਹਕੀਕਤ 'ਚ ਵੋਟਾਂ ਕਿੰਨੀਆਂ ਪਈਆਂ ਨੇ ਸਾਡੀ ਸਰਕਾਰ ਨੂੰ ਆਉਣ ਤੋਂ, ਪਰਮਾਤਮਾ ਦੀ ਰਹਿਮਤ ਸਦਕਾ, ਇਹ ਕਾਂਗਰਸੀ ਤਾਂ ਰੋਕ ਨਹੀਂ ਸਕਦੇ, ਇਹ ਭੰਡੀ ਪ੍ਰਚਾਰ ਵਾਲੇ ਨਹੀਂ ਰੋਕ ਸਕਦੇ, ਇਹ ਸਿਰਫ ਥੋੜ੍ਹੀ ਜਿਹੀ ਹਿੰਮਤ, ਥੋੜ੍ਹੀ ਜਿਹੀ ਮਿਹਨਤ, ਥੋੜ੍ਹਾ ਜਿਹਾ ਹੋਰ ਹੌਸਲਾ, ਅਤੇ ਅਰਦਾਸਾਂ ਬੇਨਤੀਆਂ ਡਟ ਕੇ ਕਰੀਏ, ਗੁਰੂ ਸਾਡੇ ਨਾਲ ਹੈ, ਜਿੱਤ ਤੁਹਾਡੀ ਹੋਊਗੀ, ਸਰਕਾਰ ਤੁਹਾਡੀ ਇੱਕ ਵਾਰ ਫਿਰ 2022 'ਚ ਬਣੂਗੀ, ਕੀ ਪਤਾ ਉਸ ਤੋਂ ਪਹਿਲਾਂ ਹੀ ਬਣ ਜਾਵੇ। ਸਤਿ ਸ਼੍ਰੀ ਅਕਾਲ।